ਪਿਛਲੇ ਦਿਨੀ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੇ ਲਾਲਜੀਤ ਭੁੱਲਰ ਜਿਨ੍ਹਾਂ ਦਾ ਨਾਮ ਹੈ, ਉਹਨਾਂ ਨੇ ਰਾਮਗੜੀਆ ਭਾਈਚਾਰੇ ਨੂੰ ਇੱਕ ਬੜੀ ਭੱਦੀ ਸ਼ਬਦਾਵਲੀ ਜਿਹੜੀ ਟੀਚਰ ਕੀਤੀ ਸੀਗੀ, ਉਸੇ ਸੰਬੰਧ 'ਚ ਅਸੀਂ ਅੱਜ ਰਾਮਗੜੀਆ ਕਾਲਜ ਜਥੇਬੰਦੀ ਵੱਲੋਂ ਸੰਗਰੂਰ ਭਗਵੰਤ ਮਾਨ ਜੀ ਦੀ ਰਿਹਾਇਸ਼ ਉੱਤੇ ਜਿਹੜਾ ਪ੍ਰਦਰਸ਼ਨ ਕਰਨ ਵਾਸਤੇ ਅਸੀਂ ਅੱਜ ਇੱਥੇ ਪਹੁੰਚੇ ਹਾਂ, ਕਿਉਂਕਿ ਅਸੀਂ ਭਗਵੰਤ ਮਾਨ ਜੀ ਤੋਂ ਇੱਕ ਮੰਗ ਕਰਦੇ ਹਾਂ ਲਾਲਜੀਤ ਭੁੱਲਰ ਦੀ ਜਿਹੜੀ ਲੋਕ ਸਭਾ ਦੀ ਟਿਕਟ ਹੈ ਉਹ ਕੈਂਸਲ ਕੀਤੀ ਜਾਵੇ, ਉਹਦਾ ਜਿਹੜਾ ਮੰਤਰੀ ਪਦ ਹੈ ਉਹ ਤੋਂ ਬਰਖਾਸਤ ਕੀਤਾ ਜਾਵੇ, ਔਰ ਜਿਹੜੀ ਉਹਦੀ MLA ਸ਼ਿਪ ਹੈ ਉਹ ਵੀ ਉਹਦੀ ਜਿਹੜੀ ਖਤਮ ਕਰਨੀ ਚਾਹੀਦੀ ਹੈ। ਔਰ ਮੈਂ ਖਾਸ ਕਰਕੇ ਬੇਨਤੀ ਕਰਦਾ ਸਾਡੇ ਰਾਮਗੜੀਆ ਭਾਈਚਾਰੇ ਦੇ ਵਿੱਚੋਂ ਜਿਹੜੇ ਸਪੀਕਰ ਆ ਲੋਕ ਸਭਾ ਆਪਣੇ ਵਿਧਾਨ ਸਭਾ ਦੇ ਕੁਲਤਾਰ ਸਿੰਘ ਸੰਧਵਾ ਜੀ, ਉਹ ਵੀ ਸਾਡੇ ਭਾਈਚਾਰੇ ਨਾਲ ਸੰਬੰਧ ਰੱਖਦੇ ਆ, ਔਰ ਉਹ ਕੋਟਕਪੂਰੇ ਤੋਂ MLA ਆ, ਜਦਕਿ 3 MLA ਸਾਡੇ ਹੋਰ ਵੀ ਆ ਝਾੜੂ ਪਾਰਟੀ 'ਚ, ਜਿਵੇਂ ਕਿ ਅੰਮ੍ਰਿਤਸਰ ਤੋਂ ਬੀਬੀ ਜੀਵਨਜੋਤ ਕੌਰ ਹੈ, ਖੰਨੇ ਤੋਂ ਤਰਨਪ੍ਰੀਤ ਸੌਂਦ ਹੈ, ਔਰ ਬਟਾਲੇ ਤੋਂ ਸੈਰੀ ਕਲਸੀ ਹੈ ਜਿਨ੍ਹਾਂ ਨੂੰ ਕਿ ਟਿਕਟ ਦਿੱਤੀ ਹੈ ਹੁਣ ਆਪਣੇ ਗੁਰਦਾਸਪੁਰ ਤੋਂ। ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹ ਝਾੜੂ ਵਾਲੀ ਪਾਰਟੀ ਨੂੰ ਛੱਡ ਕੇ ਭੁੱਲਰ ਦਾ ਵਾਈਕਾਟ ਕਰੋ, ਔਰ ਆਪਣੇ ਭਾਈਚਾਰੇ ਵਾਸਤੇ ਜਿਹੜੀ ਆਵਾਜ਼ ਹੈ ਬੁਲੰਦ ਕਰੋ। ਤੁਹਾਡੇ ਭਾਈਚਾਰੇ ਦੇ ਵਿੱਚੋਂ ਕੁਲਤਾਰ ਸਿੰਘ ਸਾਧੂ ਮਾਨ ਸਪੀਕਰ ਨੇ ਉੱਥੇ, ਕੀ ਉਹਨਾਂ ਨੇ ਅਜੇ ਤੱਕ ਕੋਈ ਬਿਆਨ ਦਿੱਤਾ ਭਾਈਚਾਰੇ ਨੂੰ ਸ਼ਾਂਤ ਕਰਨ ਦੇ ਲਈ? ਮੈਂ ਕਿਹਾ ਜੀ, 4 ਦੇ 4 MLA ਨੇ ਮੂੰਹ ਜਮਾਂ ਜਿਵੇਂ ਦੰਦਣ ਪੈ ਜਾਂਦੀ ਹੈ, ਇੱਦਾਂ ਉਹਨਾਂ ਨੇ ਮੂੰਹ ਸੀਤੇ ਪਿਆ, ਕੋਈ ਵੀ ਇੱਕ ਵੀ ਸ਼ਬਦ ਨਹੀਂ ਉਹਨਾਂ ਨੇ ਬੋਲਿਆ, ਜਦਕਿ ਸਪੀਕਰ ਦੇ ਵਿੱਚ ਇੰਨੀ ਪਾਵਰ ਹੈ ਉਹ MLA ਸ਼ਿਪ ਖਤਮ ਕਰ ਸਕਦਾ, ਪਰ ਉਹਨੇ ਇੱਕ ਵੀ ਸ਼ਬਦ ਨਹੀਂ ਬੋਲਿਆ। ਅਸੀਂ ਉਹਨੂੰ ਵੀ ਤੁਹਾਡੇ ਮਾਧਿਅਮ ਤੋਂ ਬੇਨਤੀ ਕਰਦੇ ਹਾਂ ਵੀ ਅਗਰ ਤੁਸੀਂ ਅੱਜ ਭਾਈਚਾਰੇ ਵਾਸਤੇ ਨਹੀਂ ਕੁਛ ਬੋਲੇ ਤਾਂ ਆਉਣ ਵਾਲੇ ਸਮੇਂ 'ਚ ਭਾਈਚਾਰਾ ਤੁਹਾਨੂੰ ਵੀ ਨਹੀਂ ਬਖਸ਼ੇਗਾ। ਜੇਕਰ ਲਾਲਜੀਤ ਭੁੱਲਰ ਨੇ ਮਾਫ਼ੀ ਨਾ ਮੰਗੀ ਰਾਮਗੜੀਆ ਭਾਈਚਾਰੇ ਤੋਂ, ਤਾਂ ਕਿੱਦਾਂ ਦਾ ਜਿਹੜਾ ਆਉਣ ਵਾਲਾ ਸੰਘਰਸ਼ ਹੈ ਤੁਹਾਡਾ ਹੋਣ ਵਾਲਾ? ਅਗਰ ਲਾਲਜੀਤ ਭੁੱਲਰ ਲਿਖਤੀ ਰੂਪ ਦੇ ਵਿੱਚ ਭਾਈਚਾਰੇ ਤੋਂ ਮਾਫ਼ੀ ਨਹੀਂ ਮੰਗਦਾ, ਤਾਂ ਅਸੀਂ ਉਹਦੇ ਹਲਕੇ ਖਡੂਰ ਸਾਹਿਬ ਦੇ ਵਿੱਚ ਜਾ ਕੇ 9 ਦੀਆਂ 9 ਵਿਧਾਨ ਸਭਾ 'ਚ ਪ੍ਰੋਗਰਾਮ ਅਸੀਂ ਉਲੀਕ ਕੇ ਵੱਡੇ ਪੱਧਰ 'ਤੇ ਉਹਦਾ ਵਿਰੋਧ ਕਰਾਂਗੇ, ਉਹਨੂੰ ਹਰਾਉਣ ਦੇ ਵਿੱਚ ਪੂਰਾ ਜ਼ੋਰ ਲਾਵਾਂਗੇ। ਧੰਨਵਾਦ, ਤੁਸੀਂ ਵਧੀਆ ਬੁਲਾਰਾ ਦੇ। ਮੇਰਾ ਨਾਮ ਗੁਰਦੇਵ ਸਿੰਘ ਆ ਜੀ, ਮੈਂ ਪੱਟੀ ਤੋਂ ਆਇਆਂ, ਰਾਮਗੜੀਆ ਬਰਾਦਰੀ ਦਾ ਪ੍ਰਧਾਨ। ਗੁਰਦੇਵ, ਅੱਜ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹੋ CM ਦੀ ਕੋਠੀ ਦੇ ਅੱਗੇ ਆ ਕੇ ਸੰਗਰੂਰ ਵਿਖੇ, ਹਾਂਜੀ, ਕੀ ਕਾਰਨ ਹੈ ਜਿਹੜਾ ਸਾਰੇ ਭਾਈਚਾਰੇ ਨੂੰ ਇੱਥੇ ਇਕੱਠਾ ਹੋਣਾ? ਕਾਰਨ ਇਹ ਹੋਈ ਜੀ, ਸਾਰੀ ਮੀਡੀਆ ਨੂੰ ਪਤਾ ਵਾ, ਸਾਰੇ ਸੋਸ਼ਲ ਮੀਡੀਆ ਨੂੰ ਪਤਾ ਹੈ ਵੀ ਇਹਨੇ ਲਾਲਜੀਤ ਭੁੱਲਰ ਨੇ ਮਾਈ ਰਿਜੋਰਟ ਪੱਟੀ ਦੇ ਵਿੱਚ ਮੀਟਿੰਗ ਰੱਖੀ ਸੀ ਮਿਲਣੀ ਵਾਲੀ, ਉਹਦੇ ਵਿੱਚ ਇਹਨੇ ਅਪਸ਼ਬਦ ਬੋਲੇ ਸੀ ਰਾਮਗੜੀਆ ਬਰਾਦਰੀ ਅਤੇ ਸੁਨਿਆਰਾ ਬਰਾਦਰੀ ਦੇ, ਅਤੇ ਉਸੇ ਦੇ ਰੋਸ ਦੇ ਪ੍ਰਦਰਸ਼ਨ ਵਿੱਚ ਵੱਖ ਵੱਖ ਪਿੰਡਾਂ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ ਆ। ਅੱਜ CM ਸਾਹਿਬ ਦੀ ਕੋਠੀ ਦੇ ਗਾੜੀ ਰੋਸ ਪ੍ਰਸ਼ਾਸਨ ਕੀਤਾ ਗਿਆ, ਸੰਗਰੂਰ ਦੀ ਸੰਗਤ, ਸਾਨੂੰ ਪੱਟੀ ਤੋਂ ਮੈਸੇਜ ਲੱਗਾ ਵੀ ਸਾਰੇ ਪੰਜਾਬ 'ਚ ਵੀ ਇੱਥੇ ਪਹੁੰਚੋ, ਅਸੀਂ ਪਹੁੰਚੇ ਹਾਂ, ਇਸੇ ਕਰਕੇ ਹੀ ਧਰਨਾ ਦਿੱਤਾ CM ਸਾਹਿਬ ਦੀ ਕੋਠੀ। ਜੇਕਰ ਲਾਲਜੀਤ ਭੁੱਲਰ ਤੁਹਾਡੇ ਤੋਂ ਰਾਮਗੜੀਆ ਭਾਈਚਾਰ ਤੋਂ ਲਿਖਤੀ ਮਾਫ਼ੀ ਨਹੀਂ ਮੰਗਦੇ ਤਾਂ ਅਗਲਾ ਸੰਘਰਸ਼ ਕੀ ਰਹਿਣਾ? ਇਹ ਸੰਘਰਸ਼ ਇਸ ਤਰ੍ਹਾਂ ਹੀ ਵਿੱਢਿਆ ਜਾਊਗਾ, ਲੋਕ ਸਭਾ ਦੀਆਂ ਜਿੰਨੀਆਂ ਵੀ ਸੀਟਾਂ ਵਾ ਪੰਜਾਬ ਦੇ ਵਿੱਚ, 13 ਦੀਆਂ 13 ਸੀਟਾਂ 'ਤੇ ਜਾ ਕੇ ਰਾਮਗੜੀਆ ਬਰਾਦਰੀ ਜਾ ਕੇ ਉੱਥੇ ਜਾ ਕੇ ਹੀ ਸੰਘਰਸ਼ ਵਿੱਢੂਗੀ, ਖਾਸ ਕਰਕੇ ਲਾਲਜੀਤ ਭੁੱਲਰ ਦੇ ਹਲਕੇ ਦੀ। ਉਹਦੀ ਅਸੀਂ CM ਮਾਨ ਨੂੰ ਇਹੋ ਮੰਗ ਕਰਦੇ ਹਾਂ, ਇਹਦੀ ਟਿਕਟ ਕੈਂਸਲ ਹੋ ਜਾਵੇ, ਨਾਲ ਹੀ ਇਹਦੀ ਮੰਤਰੀ ਪਦ ਤੋਂ ਲਾਇਆ ਜਾਵੇ, ਨਾਲ ਹੀ MLA ਦੀ ਟਿਕਟ ਤੋਂ ਲਾਇਆ ਜਾਵੇ, ਇਹਨੂੰ ਕੈਂਸਲ ਕੀਤਾ ਜਾਵੇ, ਪਾਰਟੀ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ ਜੀ। ਉਹ ਕਿੱਥੇ ਮੁੰਡਾ, ਕੀ ਨਾਮ ਹੈ ਜੀ ਤੁਹਾਡਾ? ਹਰਜੀਤ ਸਿੰਘ, ਰਾਮਗੜੀਆ, ਕੌਮੀ ਕਨਵੀਨਰ ਰਾਮਗੜੀਆ ਕਾਲਜ ਜਥੇਬੰਦੀ। ਹਰਜੀਤ, ਜਿਹੜਾ ਅੱਜ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹੋ, ਤੁਸੀਂ ਗੁੱਲੀਆਂ ਵੀ ਕਰ ਰਹੇ ਹੋ, ਤੁਹਾਨੂੰ ਕਿਉਂ ਸੰਗਰੂਰ CM ਦੀ ਕੋਠੀ ਦੇ ਮੂਹਰੇ ਆਉਣਾ ਪਿਆ, ਕੀ ਕਾਰਨ ਹੈ? ਪੰਜਾਬ ਦੀ ਅਗਵਾਈ CM ਭਗਵੰਤ ਮਾਨ ਕਰ ਰਹੇ ਆ, ਸਾਡਾ ਫਰਜ਼ ਹੈ ਕਿ ਪਹਿਲਾਂ ਬਜ਼ੁਰਗਾਂ ਨੂੰ ਦੱਸੋ ਵੀ ਉਹਨਾਂ ਦੀ ਔਲਾਦ ਕੀ ਕਰ ਰਹੀ ਹੈ। ਜੇਕਰ ਮੁਖੀ ਭਗਵੰਤ ਮਾਨ ਹੈ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਜਿਹੜੇ ਪਿੱਛੇ ਲਾਏ ਆ 91 ਤਾਂ ਉਹ ਕੀ ਖੇ ਉਡਾ ਰਹੇ ਆ ਪੰਜਾਬ ਦੇ ਵਿੱਚ। ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਪੰਜਾਬ ਦੇ ਇਤਿਹਾਸ ਬਾਰੇ, ਉਹਨਾਂ ਦੇ ਪੁਰਖਿਆਂ ਨੇ ਸ਼ਾਇਦ ਨਹੀਂ ਦੱਸਿਆ ਕਿ ਭਾਈ ਲਾਲੋ ਦੇ ਵਾਰਸ ਹੈ ਉਹ। ਬਾਬਾ ਨਾਨਕ ਆਪਣੇ ਜੀਵਨ ਦੌਰਾਨ ਜੇਕਰ ਗਿਆ ਕਿਸੇ ਦੇ ਘਰ ਤਾਂ ਸਿਰਫ ਉਹ ਭਾਈ ਲਾਲੋ ਜੀ ਦੇ ਘਰ ਗਿਆ।
ਤਾਂ ਸਾਨੂੰ ਮਾਣ ਹੈ ਅਸੀਂ ਭਾਈ ਲਾਲੋ ਦੇ ਵਾਰਸ ਹਾਂ। ਤੁਸੀਂ ਰਾਮਗੜੀ ਭਾਈਚਾਰੇ ਨੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਲੈ ਜਾਣ ਲਈ ਬਹੁਤ ਵੱਡਾ ਯੋਗਦਾਨ ਪਾਇਆ, ਪਰ ਇੱਦਾਂ ਦੀ ਟਿੱਪਣੀ ਉਹ ਵੀ ਸਰਕਾਰ ਕਰੇ, ਕਿਵੇਂ ਦੇਖਦੇ ਹੋ ਚੀਜ਼? ਇਹ ਸਰਕਾਰ ਦੀ ਅਨਪੜ੍ਹਤਾ ਹੈ। ਪੰਜਾਬ ਇੱਕ ਖੁਸ਼ਹਾਲ ਤਰੱਕੀ ਤਾਂ ਕਰੇਗਾ ਜੇਕਰ ਇਸ ਨੂੰ ਸਿਆਸਤਦਾਨ ਪੜ੍ਹੇ ਲਿਖੇ ਸੰਘਰਸ਼ 'ਚੋਂ ਪੈਦਾ ਹੋਏ ਹੋਏ ਮਿਲਣ। ਪੰਜਾਬ ਨਹੀਂ ਦਿਨੋਂ ਦਿਨ ਕਰਜ਼ੇ ਦੀ ਮਾਰ ਥੱਲੇ ਆ ਰਿਹਾ, ਉਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਨਪੜ੍ਹ ਲੋਕ ਪੰਜਾਬ ਦੀ ਅਗਵਾਈ ਕਰ ਰਹੇ ਅਤੇ ਪੜ੍ਹੇ ਲਿਖੇ ਸੂਝਵਾਨਾਂ ਨੂੰ, ਸਿਆਸਤਦਾਨਾਂ ਨੂੰ ਅੱਗੇ ਆਉਣਾ ਚਾਹੀਦਾ। ਅਗਲੀ ਰਣਨੀਤੀ ਕੀ ਹੈ? ਅੱਜ ਭਗਵੰਤ ਮਾਨ ਜੀ ਨੂੰ ਅਸੀਂ ਮੰਗ ਪੱਤਰ ਦੇ ਗਏ ਹਾਂ। ਇਸ ਮੰਗ ਅਸੀਂ ਇਹ ਮੰਗ ਕੀਤੀ ਹੈ ਕਿ ਉਹਨਾਂ ਦੀ ਲੋਕ ਸਭਾ ਟਿਕਟ ਹੈ ਜੋ ਉਹ ਕੱਟੀ ਜਾਵੇ ਅਤੇ ਉਹਨਾਂ ਨੂੰ ਮੰਤਰੀ ਪਦ ਤੋਂ ਪਾਸੇ ਕੀਤਾ ਜਾਵੇ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਭਾਈਚਾਰਾ ਪੰਜਾਬ ਦਾ ਸ਼ਾਂਤ ਹੋ ਸਕਦਾ। ਪਰ ਜੇਕਰ ਉਹ ਨਹੀਂ ਕਰਦੇ ਤਾਂ ਅਸੀਂ ਇਸ ਦੀ ਉਡੀਕ 25 ਅਪ੍ਰੈਲ ਦਿਨ ਵੀਰਵਾਰ ਤੱਕ ਦਾ ਅਲਟੀਮੇਟ ਦੇ ਕੇ ਜਾ ਰਹੇ ਹਾਂ ਅੱਜ ਕਿ ਜੇਕਰ ਵੀਰਵਾਰ ਤੱਕ ਸਾਡੇ ਪਰਿਵਾਰਾਂ ਪ੍ਰਤੀ ਭਗਵੰਤ ਮਾਨ ਜੀ ਨੇ ਕੋਈ ਸਾਨੂੰ ਸੁੱਖ ਦਾ ਸੁਨੇਹਾ ਦਿੱਤਾ ਤਾਂ ਅਸੀਂ ਸ਼ਾਂਤ ਹੋਵਾਂਗੇ, ਨਹੀਂ ਅਸੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਖੇ ਉਹਨਾਂ ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਬਾਰੋ ਵਾਰੀ ਆਪਣਾ ਸੰਘਰਸ਼ ਵਿੱਢਾਂਗੇ ਅਤੇ ਉਹਨਾਂ ਨੂੰ 4 ਜੂਨ ਨੂੰ ਹਾਰ ਜਦੋਂ ਉਹਨਾਂ ਦੀ ਹੋਈ ਤਾਂ ਰਾਮਗੜੀਆ ਅਕਾਲ ਜਥੇਬੰਦੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੱਡੂ ਵੰਡ ਕੇ ਖੁਸ਼ੀਆਂ ਨਾਲ ਆਪੋ ਆਪਦੇ ਘਰ ਚਾਲੇ ਪਾਵੇਗੀ।